ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਸਾਥੀ ਤਰਵਿੰਦਰ ਸਿੰਘ ਔਲਕ ਦਰਦ 47 ਦਾ پروگرام ਤਹਿਤ ਅੱਜ ਅਸੀਂ ਪਹੁੰਚੇ ਹੋਇਆ ਜੀ ਪਿੰਡ ਮੌੜੇ ਕਲਾਂ ਤਹਿਸੀਲ ਅਜਿੰਦਾਲਾ ਜ਼ਿਲ੍ਹਾ ਅਮਰਸਰ ਦੇ ਵਿੱਚ ਇੱਥੇ ਅਸੀਂ ਗੱਲ ਕਰਾਂਗੇ ਬਾਪੂਜੀਤ ਸਿੰਘ ਹੋਰਾਂ ਦੇ ਨਾਲ ਉਹ ਭਾਵੇਂ ਜੰਪਾਲ ਤੇ ਇਥੋਂ ਦੇ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਨਹੀਂ ਹੋਇਆ ਪਰ ਉਹ ਉਸ ਸਮੇਂ ਜੋ ਕਤਲੋਗਾਰਤ ਹੋਈ ਇੱਥੇ ਮੁ슬ਮਾਨਾਂ ਦੇ ਉੱਤੇ ਜੋ ਇਥੋਂ ਹਿਜਰਤ ਕਰਕੇ ਜਾ ਰਹੇ ਸਨ ਕੁਝ ਸਿੱਖਾਂ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਤੇ ਕਾਕਰ ਤਰੀਨ ਦੇ ਲਾਗੇ ਬਹੁਤ ਵੱਡੀ ਪੱਦਰ ਤੇ ਉਹਨਾਂ ਦੇ ਅਨੁਸਾਰ ਕਤਲੋਗਾਰਤ ਉਸ ਕਤਲੋਗਾਰਤ ਦੇ ਇਹ ਚਸ਼ਮਦੀਦ ਦੇ ਗਵਾਹ ਦੇ ਤੌਰ ਤੇ ਮੌਜੂਦ ਨੇ ਤੇ ਅਸੀਂ ਇਹਨਾਂ ਕੋਲੋਂ ਬਾਕੀ ਸਾਰੀ ਗੱਲਬਾਤ ਪੁੱਛਦੇ ਹਾਂ ਤੇ ਆਓ ਮਿਲਦੇ ਹਾਂ ਬਾਪੂ ਅਜੀਤ ਸਿੰਘ ਹੋਰਾਂ ਦੇ ਨਾਲ ਪਿਆਰੇ ਦਰਸ਼ਕੋ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਸਿੰਘ ਜੀ ਜਦੋਂ ਅਸੀਂ ਸੌੜੀਆਂ ਤੋਂ ਵਾਪਸ ਚਿਗਾਵਾ ਨੂੰ ਜਾ ਰਹੇ ਸਾਂ ਤੇ ਬਾਪੂ ਜੀ ਸੜਕ ਦੇ ਕੰਢੇ ਆਪਣੇ ਪੋਤਰੇ ਕੋਲੋਂ ਖੇਤਾਂ ਦੇ ਵਿੱਚ ਖਾਦ ਪਵਾ ਰਹੇ ਸਨ ਉਹਨਾਂ ਦੀ ਉਮਰ ਭਾਵੇਂ ਕਾਫੀ ਆ ਪਰ ਅਜੇ ਵੀ ਪੂਰੀ ਤਰ੍ਹਾਂ ਤੰਦਰੁਸਤ ਨੇ ਸਿਹਤਮੰਦ ਨੇ ਗੱਲਾਂ ਬਾਤਾਂ ਕੀਤੀਆਂ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ 1947 ਦੇ ਵਿੱਚ ਉਹਨਾਂ ਦੀ 13 ਸਾਲ ਉਮਰ ਸੀ ਤੇ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਦੋਂ ਮੁਸਲਮਾਨ ਰਹਿੰਦੇ ਸਨ ਮੁਸਲਮਾਨਾਂ ਦੇ ਪਿੰਡ ਸਨ ਤੇ ਜਦੋਂ ਹਿਜਰਤ ਕਰਕੇ ਗਏ ਤੇ ਇੱਥੇ ਲੋਕਾਂ ਨੇ ਉਹਨਾਂ ਦੇ ਉੱਤੇ ਹਮਲਾ ਕਰਕੇ ਤੇ ਬਹੁਤ ਸਾਰੇ ਮੁਸਲਮਾਨਾਂ ਨੂੰ ਮਾਰ ਦਿੱਤਾ ਸੀ ਜਿਸ ਦੇ ਉਹ ਚਸ਼ਮਦੀਦ ਗਵਾਹ ਨੇ ਤੇ ਬਾਕੀ ਗੱਲਬਾਤ ਅਸੀਂ ਉਹਨਾਂ ਕੋਲੋਂ ਪੁੱਛਦੇ ਹਾਂ ਬਾਪੂ ਜੀ ਅਜੀਤ ਵੈਬ ਟੀਵੀ ਵੱਲੋਂ ਤੁਹਾਡਾ ਸਵਾਗਤ ਜੀ ਆਇਆਂ अच्छा बापूजी उम्र उदों 13 साल सी हां जी ते ठाडे इस ਪਿੰਡ ਦੇ ਵਿੱਚ ਮੁਸਲਮਾਨਾਂ ਦੇ ਕਿੰਨੇ ਘਰ ਹੁੰਦੇ ਸੀ ਇਥੇ 15-20 ਘਰ ਸੀ اچھا ਤੇਲੀ ਮੁਸਲਮਾਨ ਸੀ ਤੇ ਤੁਹਾਡੇ ਕੋਈ ਦੋਸਤ ਵੀ ਹੋਣਗੇ ਉਹਨਾਂ ਦੇ ਕੋਈ ਨਾਂ ਯਾਦ ਹੈ ਤੁਹਾਨੂੰ ਉਹਨਾਂ ਦੇ ਛੋਟੇ ਬੱਚੇ ਇਸ ਵੇਲੇ 12-12 ਸਾਲਾਂ ਦੇ 13 ਸਾਲਾਂ ਦੇ ਉਹ ਸਾਡੇ ਨਾਲ ਕਬੱਡੀ ਆਪਣਾ ਖੇਡਦੇ ਗੁੱਲੀ ਲੈਂਦਾ ਖੇਡੋ ਕੁੰਡੀ ਉਹ ਅੱਛੀ ਤਰ੍ਹਾਂ ਹੀ ਉਹ ਸਾਡੇ ਜਾਨ ਪਛਾਨ ਸੀ ਹੂੰ ਹੂੰ ਉਹ ਮੁੜ ਕੇ ਉਹਨਾਂ 'ਤੇ ਹਮਲਾ ਹੋਇਆ ਆਪਣਾ ਕੋਟੜੀ ਤੇ ਨਹੀਂ ਤੁਸੀਂ ਤੁਹਾਡੇ ਜਿਹੜੇ ਇਹ ਲਾਗੇ ਹੋਰ ਕਿਹੜੇ-ਕਿਹੜੇ ਪਿੰਡ ਆ ਜਿੱਥੇ ਮੁਸਲਮਾਨ ਜ਼ਿਆਦਾ ਵੱਡੀ ਗਿਣਤੀ 'ਚ ਰਹਿੰਦੇ ਸੀ ਇੱਕ ਕੋਟੜੀ ਸਕਿਆਂ ਦੀ ਹਮ ਇੱਕ ਅਗੇ ਕਮਾਲ ਖਾਨ ਦਾ ਚੱਕ ਅੱਛਾ ਜੀ ਮਾਨਦਪੜਾ ਹਮ ਸੋੜੀਆਂ ਹਮ ਕਾਕਟਲੇ ਜੜੇ ਉਹਨਾਂ ਨਾਲ ਜਾਣਾ ਜਿਹੜੇ ਸਾਡੇ ਤੋਂ 2-2 ਮੀਲ 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 ਤੇ ਤੇ ਜਿਹੜੇ ਉਸ ਤੋਂ ਪਹਿਲਾਂ ਜਿਹੜੇ ਆਜ਼ਾਦੀ ਦੇ ਜਿਹਦੀ ਵੰਡ ਹੋਈ ਆ ਉਸ ਤੋਂ ਪਹਿਲਾਂ ਜਦੋਂ ਸਾਂਝੇ ਤੌਰ ਤੇ ਇੱਥੇ ਸਾਰੇ ਰਹਿੰਦੇ ਸੀ ਤੇ ਤੁਹਾਡੇ ਉਹਨਾਂ ਦੇ ਪਰਿਵਾਰਾਂ ਨਾਲ ਮੁਸਲਮਾਨਾਂ ਦੇ ਨਾਲ ਸਬੰਧ ਕਿਹੋ ਜਿਹੇ ਹੁੰਦੇ ਸੀ ਬਹੁਤ ਨਦੀਰ ਸਦਾ ਇੱਦਾਂ ਹੁਣ ਸਾਡੀਆਂ ਕੌਮਾਂ ਵਸ ਰੀਆਂ ਹੂੰ ਹੂੰ ਇਸੇ ਤਰ੍ਹਾਂ ਕੋਈ ਵੇਰਵਾ ਨਹੀਂ ਸੀ ਅੱਛਾ ਇੱਕ ਦੋ ਬੇਨਾ ਤੇ ਕੋਈ ਕਿਸੇ ਕਿਸਮ ਦੇ ਦੰਗਾ ਫਸਾਦ ਧਰਮ ਦੇ ਨਾਂ ਦੇ ਕਦੇ ਹੋਇਆ ਸੀ ਉਦੋਂ ਨਾ ਕੋਈ ਨਹੀਂ ਹੋਇਆ ਅੱਛਾ ਇਹੋ ਜਿਹਾ ਵੰਡ ਹੋਈ ਆ ਹਾਂਜੀ ਉਦੋਂ ਇਹਨਾਂ ਗਵਰਨਮੈਂਟ ਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਹਾਡ ਲਬਾਂਡੀ ਤੇ ਵੀ ਸਿਕਾਣੇ ਇੱਥੇ ਰਹਿਣਾ ਤੇ ਮੁਸਲਮਾਨ ਇਧਰੋਂ ਚਲੇ ਜਾਣ ਅੱਛਾ ਜੀ ਉਹਦੋਂ ਮਗਰੋਂ ਜਿਵੇਂ ਬੱਜਿਆ ਹੂੰ ਜਿਵੇਂ ਬੰਦ ਕੇ ਦੀ ਕੋਲਲੀ ਤੇ ਪਹਿਲਾ ਹਮਲਾ ਹੋਇਆ ਦੋਤੋਂ ਇਹਨਾਂ ਗਾਉਂ ਗਲਾਈਆਂ ਘਰਾਂ ਨੂੰ ਅੱਗੋਂ ਮਾਨ ਪ੍ਰਾਵੀ ਸਾਰਾ ਉੱਠ ਖੜੋਤਾ ਹੂੰ ਹੂੰ ਸਵੋੜੀਆਂ ਵੀ ਉੱਠ ਖੜੇ ਸਾਰੇ ਘਰਾਂ ਤੋਂ ਨਿਕਲ ਕੇ ਮੁਸਲਮਾਨ ਅੱਗੋਂ ਕਾਕੜ ਪਈ ਨਾ ਬੇ ਚੱਕ ਮਿਸ਼ਰੀ ਖਾਨ ਦੇ ਦੇਚਕਾਰ ਇਕੱਠੇ ਹੋਏ ਆ ਦੋ ਤੇ ਨਾ ਪਿੰਡਾਂ ਦੇ ਸਾਰਾ ਕਾਫਲਾ ਹੂੰ ਉਥੇ ਦੇ ਇਹਨਾਂ ਦੇ ਹੋ ਹਮਲਾ ਹੋਇਆ ਜਿਹੜੇ ਪੇਦ ਦੇ ਸੇਖ ਸੀ ਜਦੋਂ ਉਹਨਾਂ ਉਧਰੋਂ ਗੱਡੀਆਂ ਵਾਢ ਕੇ ਕਲਾਈਆਂ ਤੇ ਇਹਨਾਂ ਨੂੰ ਜਿਹੜੇ ਉਧਰੋਂ ਆਣ ਕੇ ਬੈਠੇ ਇਹਦੇ ਨੂੰ ਨਾ ਕਹ ਵੀ ਇਹਨਾਂ ਨੂੰ ਤੁਸੀਂ ਆਪ ਕੁਝ ਵੀ ਨਹੀਂ ਆਂਦੇ ਜਿਹੜੇ ਉਧਰੋਂ ਆਏ ਨੇ ਉਦੋਂ ਫਿਰ ਮਾਸ਼ਾਅੱਲਾ ਚੱਲਦੀ ਅੱਛਾ ਜਦੋਂ ਉਹਨਾਂ ਦੇ ਸਿੱਖਾਂ ਨੇ ਮੁਸਲਮਾਨਾਂ ਨੇ ਸਿੱਖਾਂ ਨੂੰ ਵਾਢ ਕੇ ਕਲਿਆ ਤੇ ਜਿਹੜੇ ਉਹ ਉਹਨਾਂ ਮੁਸਲਮਾਨ ਪਰਿਵਾਰਾਂ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਉਹ ਇੰਨਾ ਪਿੰਡਾਂ ਦੇ ਸੀ ਜਾਂ ਹੋਰ ਕਿਸੇ ਪਾਸੇੋਂ ਆਏ ਸੀ ਨਹੀਂ ਉਹ ਪਿੱਛੇ ਅੰਮ੍ਰਿਤਸਰ ਵੱਲੋਂ ਹੀ ਆਏ ਨੇ ਇਕੱਠਾ ਹੋ ਕੇ ਜਰਾ ਤੇ ਕੀ ਸੀ ਉਹਨਾਂ ਦੇ ਕੋਲ ਹਥਿਆਰ ਉਦੋਂ ਇਹੋ ਬਲਸੀਆਂ ਕੁਹਾੜੀਆਂ ਅੱਛਾ ਤੇ ਆਪਣਾ ਇਹੋ ਕੋਈ ਸੀ ਕਿਵੇਂ ਵਿਰਲੀ ਵਾਂਜੀ ਕੋਈ ਰਫਲਾਂ ਲਖੜਾਗਾ ਹਸਲਿਆ ਨਹੀਂ ਤੇ ਬੜਾ ਇੱਕ ਕਲੋਲੇ ਆ ਮੀਆਂ ਤੇ ਕੀ ਜਿਹੜੇ ਮੁਸਲਮਾਨਾਂ ਦੇ ਜਿਨ੍ਹਾਂ ਦੇ ਹਮਲਾ ਕੀਤਾ ਗਿਆ ਉਹਨਾਂ ਨੇ ਵੀ ਕੋਈ ਜਵਾਬੀ ਹਮਲਾ ਗੋ ਕੀਤਾ ਉਹਨਾਂ ਦੇ ਕੋਲ ਵੀ ਹਥਿਆਰੇਗੇ ਸੀ ਹਾਂ ਉਹ ਵੀ ਮਾਰ ਦੇ ਲੱਗੋ ਅੱਛਾ ਤੇ ਅਹੀਂ ਆਪਣੇ ਉਦੋਂ ਇੰਨੀ ਉਮਰ ਦਾ ਹਮ 12 13 ਸਾਲਾਂ ਦਾ ਅਹੀਂ ਆਪਣੇ ਕੋਠਿਆਂ ਦੇ ਪਿਆੜ ਕੇ ਵੇਂਦੇ ਹਾਂ ਜਦੋਂ ਕੋਟੇਲੀ ਅੱਗ ਲੱਗੀ ਆ ਅੱਛਾ ਜੀ ਤੇ ਅੱਗੋਂ ਲੱਗੀ ਆਪਣਾ ਚੱਕ ਹੂੰ ਚੱਕ ਮਿਸ਼ਰੀ ਖਾਂ ਦਾ ਜੀ ਤੇ ਇਥੇ ਮੁੜ ਕੇ ਉਹ ਭੱਜ ਗਏ ਨਗਾ ਰਾਤੋ ਰਾਤ ਮੁੜ ਕੇ ਗਾਂ ਚਲੇ ਗਿਆ ਅੱਗੋਂ ਪਤਾ ਨਹੀਂ ਬਜੇ ਆ ਕਿ ਜੀਉਂਦੇ ਕਰਦੇ ਤੇ ਇਹ ਕੋਈ ਪਤਾ ਲੱਗਾ ਵੀ ਜਿਹੜੇ ਉਹਨਾਂ ਦੇ ਜਿਹੜੇ ਕਿੰਨੇ ਕ ਲੋਕ ਮਾਰੇ ਗਏ ਸੀ ਜਾਂ ਇਹਨਾਂ ਲਈ ਹੋਣਾ ਹੀ ਉਦੋਂ ਜਿਹੜਾ ਬਾਰਾਂ ਟੇਲਾ ਦਾ ਬੱਚਾ ਉਹਨੂੰ ਇੰਨੀ ਗਿਣਤੀ ਦਾ ਕੀ ਪਤਾ ਅਸੀਂ ਦੇ ਉਹ ਅੱਗਾ ਲੱਗੀਆਂ ਵੇਖਿਆਂ ਤੇ ਜਦੋਂ ਜਖਾ ਜਿਹੜਾ ਕਾਫਲਾ ਉਹ ਉਹਨੂੰ ਤਰਿਆ ਜਾਂਦਾ ਵੇਖਿਆ ਕੋਟਿਆਂ ਤੇ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਉਸ ਸਮੇਂ ਮੁਸਲਮਾਨ ਰਹਿੰਦੇ ਸੀ ਉਹਨਾਂ ਨੂੰ ਕੁਝ ਨਹੀਂ ਆਖਿਆ ਸਾਡੇ ਪਿੰਡਾਂ ਆ ਉਹਨਾਂ ਨੂੰ ਸਗੋ ਆਪ ਨਾਲ ਸ਼ਾਵਾਸ਼ ਦੇ ਕੇ ਨਾਲ ਹੱਦ ਤੱਕ ਗਿਆ ਅੱਛਾ ਸਾਡੇ ਪਿੰਡ ਦੇ ਮੁਸਲਮਾਨ ਸੀ ਸਾਡੇ ਜਿਹੜੇ ਬਾਪ ਵੱਡੇ-ਵਡੇਰੇ ਸੀ ਉਹਨਾਂ ਨੇ ਨਾਲ ਜਾ ਕੇ ਹੰਡੜੀ ਨਾਲ ਉਹਨਾਂ ਨੂੰ ਪਾੜ ਲੰਗਾ ਕੇ ਆਇਆ ਤਨੋਆਂ ਲੱਗ ਅੱਛਾ ਕੰਦਰੀ ਦੇ ਪੁਲ ਤੱਕ ਉਹਨਾਂ ਦੇ ਨਾਲ ਗਏ ਆਪ ਇਹ ਇਹ ਤੁਹਾਡੇ ਜਿਹੜੇ ਪਿੰਡਾਂ ਵਾਲੇ ਤੁਹਾਡੇ ਬਜ਼ੁਰਗ ਸੀ ਜਿਹੜੇ ਆ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਆਪ ਆਪਣੇ ਪਿੰਡਿਆਂ ਨੂੰ ਉਸ ਪਾਰ ਨਗਾ ਗਿਆ ਹੈ ਤੇ ਜਿਹੜੇ ਉਹਨਾਂ ਦੇ ਘਰ ਹੀ ਉਹਨਾਂ ਦੀਆਂ ਜਾਇਦਾਦਾਂ ਜਾਂ ਹੋਰ ਘਰਾਂ ਦੇ ਵਿੱਚ ਕਿੰਨਾ ਸਮਾਨ ਹੁੰਦਾ ਇਹਨਾਂ ਕੁਝ ਤੇ ਸਾਰਾ ਨਾਂ ਇਧਰੋਂ ਲੈ ਕੇ ਗਏ ਤੇ ਨਾਂ ਉਸ ਪਾਸੇ ਉਹ ਜਿਹੜੇ ਪਾਕਿਸਤਾਨ ਤੋਂ ਆਏ ਉਹ ਲੈ ਕੇ ਆਏ ਜਿਹੜੇ ਸਾਡੇ ਪਿੰਡਾਂ ਦੇ ਸਾਡੇ ਮੌਲਿਆਂ ਦੇ ਸੀ ਨਾ ਜੀ ਜੀ ਉਹ ਆਪਣੇ ਜਾਇਦਾਦ ਉਹਨਾਂ ਨਾਲ ਜਿੰਨੀ ਕੋਈ ਨਾ ਕੋ ਚੰਗੀ ਚੰਗੀ ਜਾਇਦਾਦ ਸੀ ਉਹਨਾਂ ਲੱਡ ਕੇ ਆਪਣੇ ਆਪਣਾ ਮੱਝਾਂ ਗਾਈਆਂ ਦੇ ਉਹ ਲੈ ਗਏ ਅੱਛਾ ਉਹ ਸਮਾਨ ਆਪਣਾ ਲੈ ਕੇ ਸਾਡੇ ਵੱਡੇ ਜਿਹੜੇ ਉਹਨਾਂ ਨੂੰ ਛੱਡ ਕੇ ਆਏ ਪਾਸ ਤੇ ਜਿਵੇਂ ਉਹਨਾਂ ਦੇ ਇੱਥੇ ਘਰ ਰਹਿ ਗਏ ਸੀ ਜਾਂ ਜਿਹੜਾ ਕੋਈ ਸਮਾਨ ਭੱਜ ਗਿਆ ਸਾਰਾ ਕੋਈ ਤੇ ਫੇਰ ਵੀ ਨਹੀਂ ਗਿਆ ਉਹਦੇ ਉਧਰ ਤੇ ਆਇਆ ਜਿਹੜੇ ਉਧਰੋਂ ਆਇਆ ਅੱਛਾ ਇੱਥੇ ਜ਼ਮੀਨ ਹੈ ਨਹੀਂ ਸਾਡੇ ਪਿੰਡ ਅੱਛਾ ਮੁਸਲਮਾਨਾਂ ਦੀ ਜ਼ਮੀਨ ਦੇ ਮਾਲਕ ਨਹੀਂ ਹੋਏ ਅੱਛਾ ਕੰਮੀ ਲੋਕ ਸੀ ਹੂੰ ਹੂੰ ਉਹ ਉਹਨਾਂ ਦਾ ਆਪਣਾ ਕੋਈ ਨਹੀਂ ਇੱਥੇ ਜ਼ਮੀਨ ਨਾ ਪਾਉਣ ਦਾ ਆਪਣਾ ਤੇ ਜਿਹੜੇ ਲਾਗੇ ਬੰਦੇ ਦੂਸਰੇ ਪਿੰਡ ਤੁਸੀਂ ਦੱਸ ਰਹੇ ਹੋ ਉਹਨਾਂ ਪਿੰਡਾਂ 'ਚ ਮੁਸਲਮਾਨਾਂ ਦੀਆਂ ਜ਼ਮੀਨਾਂ ਜ਼ਿਆਦਾ ਤਾਂ ਹੈਗੀਆਂ ਸੀ ਉਹਨਾਂ ਦੀਆਂ ਜ਼ਮੀਨਾਂ ਹੀ ਉਹਨਾਂ ਦੀਆਂ ਸਾਰੀਆਂ ਅੱਛਾ ਜੀ ਇਹਨਾਂ ਪਿੰਡਾਂ ਦੇ ਵਿੱਚ ਜੱਟ ਹੈ ਕੋਈ ਨਹੀਂ ਅੱਛਾ ਕਿਹੜੇ ਪਿੰਡ ਉਹ ਜਿਹੜੇ ਪਾਰੋਂ ਆਏ ਬਾਰਾਵਲ ਬਾਰਵਲੋਂ ਲੋਗ ਉੱਜੜ ਕੇ ਉਹ ਉਹਨਾਂ ਨੂੰ ਮਿਲਿਆ ਇਹ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਹੀ ਜ਼ਮੀਨਾਂ ਉਹਨਾਂ ਦੀਆਂ ਸਕਿਆਂ ਦੀ ਕੋੜ ਜਲੀ ਹੂੰ ਕੋੜ ਵਾਲੀ ਸਕਿਆਂ ਜੀ ਕੋੜ ਦੀ ਸਕਿਆਂ ਵਾਲੀ ਹਾਂਜੀ ਅੱਗੋ ਆ ਗਿਆ ਚੱਕ ਕਮਾਲ ਖਾਂ ਹਾਂਜੀ ਅੱਗੋ ਆ ਗਿਆ ਮਾਨਦਪਰਾ ਹੂੰ ਹੂੰ ਅੱਗੋ ਆ ਗਿਆ ਕਾਕੜ ਚੜੀਂ ਅੱਛਾ ਸੌੜੀਆਂ ਹੂੰ ਹੂੰ ਚੱਕ ਮਿਛਲੀ ਖਾਂ ਗੱਲ ਦਾ ਪੰਜ ਛੇ ਅਸੀਂ ਇੰਨਿਆਂ ਨੂੰ ਜਾਣੇ ਲੱਗ ਲੱਗੇ ਰਾਂ ਦੂਰ ਦਾ ਤੇ ਬਾਬੂ ਜੀ ਇਹ ਜਿਵੇਂ ਦੱਸਿਆ ਜਾਂਦਾ ਵਾ ਜਦੋਂ ਕਤਲੋਗਾਰਤ ਹੋਈ ਆ ਤੇ ਉਦੋਂ ਉਹਦੇ ਵਿੱਚ ਉਹਨਾਂ ਨੇ ਕੋਈ ਵੀ ਬਜ਼ੁਰਗ ਨਹੀਂ ਵੇਖਿਆ ਨੌਜਵਾਨ ਨਹੀਂ ਵੇਖਿਆ ਇਹ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ ਤੇ ਔਰਤਾਂ ਦੀਆਂ ਜਿਹੜੀਆਂ ਇੱਜ਼ਤਾਂ ਉਹ ਵੀ ਰੋਲੀਆਂ ਗਈਆਂ ਕਿ ਤੁਹਾਡੇ ਵੇਖਣ ਚ ਕੋਈ ਇਦਾਂ ਦੀਆਂ ਵੀ ਕਰਨਾਂ ਵਾ ਵਾਪਰੀਆਂ ਇਥੇ ਇਹ ਨਹੀਂ ਅਸੀਂ ਵੇਖੀਆਂ ਕਿਉਂ ਅਸੀਂ ਬੱਚੇ ਆ ਤੇ ਅਸੀਂ ਉਸ ਵੇਲੇ ਨਿਯਮ ਬਣਦੇ ਆਂ ਆਪਰੇ ਕੋਠਿਆਂ ਦੇ ਰਹੇ ਆਂ ਤੇ ਤੁਹਾਡੇ ਜਿਹੜੇ ਵੱਡੇ ਸੀ ਉਹਨਾਂ ਨੇ ਕੁਝ ਵੇਖਿਆ ਹੋਵੇ ਕੋਈ ਗੱਲਾਂ ਕਰਦੇ ਘਰਾਂ ਦੇ ਵਿੱਚ ਵੀ ਆਹ ਕੁਝ ਹੋਇਆ ਕੁਝ ਇਹੋ ਜੀ ਕੋਈ ਘਟਨਾ ਸਾਡੇ ਵੱਡੇ ਤਾਂ ਸਾਡੇ ਨਾਨਾ ਦੀ ਮਗਤ ਆਹੀ ਤੇ ਇਹਨਾਂ ਨੂੰ ਆਪ ਛੱਡ ਕੇ ਉੱਥੇ ਆਏ ਆ ਆਪਣਾ ਜਿਹੜੇ ਸਾਡੇ ਪਿੰਡੇ ਮੁਸਲਮਾਨ ਜਿਹੜੇ ਦੂਜੇ ਲੋਕਾਂ ਦੇ ਪਿੰਡੇ ਉਹਨਾਂ ਦਾ ਇਹ ਨਹੀਂ ਪਤਾ ਵੀ ਉਹਨਾਂ ਕਿੰਨੇ ਮਾਰੇ ਆ ਜਾਂ ਕਿੰਨੇ ਨਹੀਂ ਮਾਰੇ ਤੇ ਜਦੋਂ ਉਹ ਆਪਣੇ ਇਥੋਂ ਘਰ ਛੱਡ ਕੇ ਗਏ ਆ ਹਾਂ ਜੀ ਤੇ ਉਹਨਾਂ ਦੀ ਹਾਲਤ ਕਿਹੋ ਜਿਹੀ ਉਸ ਟਮੇ ਵੀ ਉਹ ਖੁਸ਼ ਹੀ ਜਾਂ ਰੋਂਦੇ ਗਏ ਆ ਤੁਹਾਨੂੰ ਕਿਸ ਢੰਗ ਦੇ ਨਾਲ ਉਹ ਮਿਲ ਕੇ ਗਏ ਨੇ ਜਾਣ ਲੱਗੇ ਇਥੋਂ ਉਹ ਜਿਹੜੇ ਉਹਨਾਂ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਕੋਟਿਆਂ ਤੋਂ ਦੂਰੋਂ ਵੇਖਿਆ ਜਦੋਂ ਕੋ ਆਮ ਜਿਹੜੇ ਤੁਹਾਡੇ ਪਿੰਡ ਵਾਲੇ ਸੀ ਜਿਹੜੇ ਸਾਡੇ ਪਿੰਡ ਵਾਲੇ ਨੂੰ ਆਂਦੇ ਸੀ ਜੇ ਮਿਲਾਂਗੇ ਤੇ ਆਪਾਂ ਫੇਰ ਮਿਲਾਂਗੇ ਭਰਾਵਾਂ ਨਾਲ ਆ ਹੀ ਜਾਣਾ ਅੱਛਾ ਫਿਰ ਵੀ ਆ ਜਾਣਾ ਨਹੀਂ ਉਸ ਸਮੇ ਉਹ ਖੁਸ਼ ਸੀ ਜਾਂ ਬਹੁਤ ਦੁਖੀ ਸੀ ਉਹ ਖੁਸ਼ ਸੀ ਸਾਡੇ ਪਿੰਡ ਦੇ ਮੁਸਲਮਾਨ ਜਿਹੜੇ ਉਹ ਭਰਾਵਾਂ ਵਾਂਗ ਜੱਪੀਆਂ ਪਾ ਕੇ ਸਾਡੇ ਵੱਡੇ ਲਾਦੇ ਅੱਛਾ ਸਾਡੇ ਵੱਡੇ ਜਿਹੜੇ ਵੀ ਸਾਨੂੰ ਜੱਪੀਆਂ ਪਾ ਪਾ ਕੇ ਮੇਕੇ ਗਿਆ ਵੀ ਅਸੀਂ ਆ ਜਾਣਾ ਤੇ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਉਹ ਗਏ ਨੇ ਉਹ ਕਦੇ ਕੋਈ ਦੁਬਾਰਾ ਪਿੰਡ ਵੇਖਣ ਵਾਸਤੇ ਆਪਣਾ ਆਇਆ ਪਾਕਿਸਤਾਨ ਵੱਲੋਂ ਉਦੋਂ ਉਹ ਜਦੋਂ ਪਰਮਨੈਂਟ ਖੁੱਲੇ ਆ ਨਾ ਹਾਂਜੀ ਉਦੋਂ ਪਰਮਨੈਂਟ ਆਇਆ ਤਾਜ ਟਿੰਡੀ ਆਇਆ ਅੱਛਾ ਇੱਕ ਹਸਨ ਆਇਆ ਹਸਨ ਖਾਂ ਹਾਂ ਇੱਕ ਲੱਭੂ ਜਲਾ ਆਇਆ ਅੱਛਾ ਉਹ ਸਾਡੇ ਵੱਡਿਆਂ ਨਾਲ ਉਹਨਾਂ ਦਾ ਪਿੰਡ ਸੀ ਉਹ ਮੇਕੇ ਗਿਆ ਲੱਖ ਲੱਖ ਲੈਣ ਸਾਡੇ ਕੋ ਰਹਿਤੇ ਗਿਆ ਪਰ ਮਟਾਨਾ ਤੇ ਕਿਦਾਂ ਫਿਰ ਇੱਥੇ ਤੁਹਾਡਾ ਪਿੰਡ ਵਾਲਿਆਂ ਨੇ ਕਿਵੇਂ ਸਵਾਗਤ ਕੀਤਾ ਉਹਨਾਂ ਦਾ ਤੇ ਉਹਨਾਂ ਦੇ ਆ ਕੇ ਇੱਥੇ ਤੇ ਕਿਸ ਢੰਗ ਦਾ ਉਹ ਮਹਿਸੂਸ ਕਰ ਰਹੇ ਸੀ ਉਹ ਬਹੁਤ ਖੁਸ਼ ਜਪੀਆਂ ਪਾ ਕੇ ਮੇਕੇ ਗਿਆ ਹੱਜੇ ਵਜਿਆਂ ਨੂੰ ਕਈ ਉਹ ਦੇ ਭਰਾ ਭਰਾ ਹੁੰਦੇ ਆ ਹੁਣ ਸਾਨੂੰ ਗਵਰਨਮੈਂਟ ਉਹ ਲੈ ਖੋਲਣਾ ਉਹ ਨਹੀਂ ਦਿੰਦੀ ਨਹੀਂ ਉਹ ਆਪਣੇ ਘਰਾਂ ਨੂੰ ਆਪਣੇ ਖੇਤਾਂ ਨੂੰ ਵੇਖ ਕੇ ਰੋਏ ਨਹੀਂ ਉਹਨਾਂ ਦਾ ਖੇਤ ਕੋਈ ਨਹੀਂ ਅੱਛਾ ਫਿਰ ਉਹ ਘਾੜੀ ਕੱਚੇ ਅੱਛਾ ਪੱਕਾ ਘਰ ਕੋਈ ਨਹੀਂ ਉਹਨਾਂ ਦਾ ਹਾਂ ਹਾਂ ਤੇ ਕੱਚੇ ਘਾੜੀ ਸੀ ਤੇ ਉਹ ਕਾਲੀਲੇ ਜਿਹੜੇ ਉਧਰ ਆਣ ਕੇ ਬੈਠੇ ਜਿਨ੍ਹਾਂ ਦੀ ਜ਼ਮੀਨਾਂ ਅਜੇ ਨਹੀਂ ਮਿਲੀਆਂ ਮੁਰਕੇ ਉਹਨਾਂ ਮੋਗਸਰ ਵਾਲੇ ਚਲੇ ਗਏ ਜੱਟ ਜਿਨ੍ਹਾਂ ਚਿਰ ਮਹੀਨਾ ਛੇ ਮਹੀਨੇ ਰਹਾ ਉਹਨਾਂ ਘਰਾਂ ਦੇ ਵਿੱਚ ਰਹਿ ਤੇ ਮੁਰਕੇ ਛੱਡ ਕੇ ਤੇ ਉਹ ਉਹਨਾਂ ਨੂੰ ਮੋਗਸਰ ਵਾਲ ਜ਼ਮੀਨ ਪਾ ਗਈ ਲਮਾ ਆ ਕੋਈ ਉਹ ਕਿੰਨੀ ਵਾਰ ਉਹ ਆਏ ਨੇ ਇੱਥੇ ਇੱਕ ਇੱਕ ਵਾਰ ਹੀ ਆਏ ਨੇ ਨਾ ਲੋਕ ਇੱਕ ਹੀ ਵਾਰ ਆਇਆ ਹੈ ਅੱਛਾ ਉਹ ਪੰਜ ਚਾਰ ਜਣੇ ਆਏ ਨੇ ਤੇ ਉਹਨਾਂ ਦੇ ਸਾਡਾ ਨਾਮ ਯਾਦ ਸੀ ਉਦੋਂ ਕਿ ਸਾਡੇ ਭਾਪੇ ਕੀ ਕੀ ਨਾਮ ਸੀ ਉਹਨਾਂ ਦੇ ਇੱਕ ਨਾਮ ਲੱਭੂ ਹਾਂ ਇੱਕ ਨਾ ਤਾਰ ਹੂੰ ਤੇ ਇੱਕ ਹੈਗਾ ਹੀ ਜਿਹੜਾ ਮਾਂ ਅੱਛਾ ਹਾਂਜੀ ਇਹ ਜਿਹੜੇ ਸਾਡੇ ਲੋਕ ਜਿਹੜੇ ਨੇ ਉਹ ਆ ਗਏ ਮੇਕੇ ਫਿਰ ਗਏ ਪਰਮੰਟੇ ਆਏ ਪਰਮੰਟੇ ਗਏ ਅੱਛਾ ਤੇ ਤੁਹਾਡੇ ਵਿੱਚੋਂ ਤੁਹਾਡੇ ਪਰਿਵਾਰ ਚੋਂ ਜਾਂ ਤੁਹਾਡੇ ਪਿੰਡ ਦੇ ਕਦੇ ਲੋਕ ਉਹਨਾਂ ਨੂੰ ਦੁਬਾਰਾ ਮਿਲਣ ਗਏ ਉਹ ਪਾਸੇ ਪਾਕਿਸਤਾਨ ਵਾਲੇ ਨਹੀਂ ਇਹ ਨਹੀਂ ਗਏ ਸਾਡੇ ਵੱਡਿਆਂ ਜੋ ਨਹੀਂ ਕੋ ਗਿਆ ਜਾਂ ਜਾਂਦਾ ਤੁਸਾਨੂੰ ਦੱਸ ਲਾ ਮੈਂ ਉਧਰ ਪਰਮੈਂਟਲੀ ਚੱਲੇ ਆ ਜਿਹੜੇ ਤੁਹਾਡੇ ਇੱਥੇ ਪੁਰਾਣੇ ਜਮਾਤੀ ਸੀ ਜਿਨ੍ਹਾਂ ਨਾਲ ਤੁਸੀਂ ਖੇਡਦੇ ਰਹੇ ਕਬੱਡੀ ਖੇਡੀ ਗੁਲੀ ਡੰਡਾ ਖੇਡਿਆ ਐ ਮੱਜਾਂ ਆਚਾਰੀਆਂ ਤੇ ਉਹਨਾਂ ਜੇ ਕੋਈ ਤੁਹਾਨੂੰ ਦੋਸਤ ਯਾਦ ਆਉਂਦੇ ਨੇ ਹੁਣ ਵੀ ਉਹ ਇਹ ਜਾਣਿਆ ਬੇਵਲਨਾਂ ਨੂੰ ਹੁਣ ਵੀ ਆ ਜਾਣ ਤੇ ਬੜੇ ਖੁਸ਼ ਆਹੀਂ ਅੱਛਾ ਹਈ ਕੋਸ਼ਿਆ ਕਰ ਪਰ ਸਾਡਾ ਹਾਨੀ ਮੇਰਾ ਕੋਈ ਕੋਈ ਜ਼ਿਆ ਨਹੀਂ ਹੋਣਾ ਅੱਛਾ ਹਾਂਜੀ ਇਹ ਜਿਹੜਾ ਸਾਡਾ ਇਹ ਪ੍ਰੋਗਰਾਮ ਆ ਇਹ ਇੰਟਰਨੈਟ ਦੇ ਉੱਤੇ ਚੱਲਦਾ ਵਾ ਸਾਰੇ ਦੇਸ਼ਾਂ ਦੇ ਵਿੱਚ ਘੁੰਮਦਾ ਪਾਕਿਸਤਾਨ ਵਾਲੇ ਪਾਸੇ ਵੀ ਸਾਡਾ ਇਹ ਪ੍ਰੋਗਰਾਮ ਵੇਖਿਆ ਜਾਂਦਾ ਕਿਉਂਕਿ ਜਿਹੜੇ ਇੱਥੋਂ ਛੱਡ ਕੇ ਗਏ ਨੇ ਪਿੰਡ ਆਪਣੇ ਉਹ ਉੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਦੀਆਂ ਇੰਟਰਵਿਊਆਂ ਹੋ ਰਹੀਆਂ ਉਹ ਵੀ ਇੱਥੋਂ ਨੂੰ ਪਿੰਡਾਂ ਨੂੰ ਯਾਦ ਕਰਦੇ ਨੇ ਇੱਥੋਂ ਦੇ ਲੋਕਾਂ ਨੂੰ ਯਾਦ ਕਰਦੇ ਨੇ ਉਹਨਾਂ ਦਾ ਕਿਵੇਂ ਕਹਿੰਦੇ ਸਾਡਾ ਰਹਿਣ ਸਹਿਣ ਸੀ ਵਤੀਰਾ ਸੀ ਬਹੁਤ ਜ਼ਿਆਦਾ ਹਾਂਜੀ ਤੇ ਓਏ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋ ਵੀ ਜੇ ਤੁਹਾਡਾ ਉਹ ਪ੍ਰੋਗਰਾਮ ਵੇਖ ਰਹੇ ਹੋਣ ਤੇ ਕੀ ਕਹਿਣਾ ਚਾਹੋਗੇ ਕਿਵੇਂ ਯਾਦ ਕਰਦੇ ਹੋ ਜੇ ਤੁਸੀਂ ਉਹਨਾਂ ਨੂੰ ਐਂ ਬਿਆਨ ਜੇ ਉਹ ਟੀਵੀ 'ਚ ਵੇਖ ਰਹੇ ਹੋਣ ਤੇ ਮੌੜਿਆਂ ਦੇ ਸਾਨੂੰ ਉਹ ਜਿਹੜੇ ਕੋ ਜੀਉਂਦਾ ਹੋਵੇ ਤੇ ਉਹ ਮੈਦੀ ਸਕਦਾ ਐ ਬੜੇ ਖੁਸ਼ ਆ ਕਿ ਦੂਜਾ ਮਈ ਹੈ ਅੱਛਾ प्यारे दर्शकों ਹੋਰ ਤੱਕ ਜਿੱਦਰਦ 47 ਦਾ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸਾਡੀਆਂ ਸਾਰੀਆਂ ਇੰਟਰਵਿਊਆਂ ਉਹਨਾਂ ਬਜ਼ੁਰਗਾਂ ਨਾਲ ਹੋਈਆਂ ਜਿਹੜੇ ਪਾਕਿਸਤਾਨ ਦੇ ਵਿੱਚੋਂ ਉੱਜੜ ਕੇ ਆਏ ਆਪਣੇ ਘਰਬਾਰ ਛੱਡ ਕੇ ਆਏ ਸਨ ਤੇ ਇਹ ਪਹਿਲੇ ਬਜ਼ੁਰਗ ਨੇ ਜਿਹੜੇ ਇੱਥੇ ਰਹਿੰਦੇ ਨੇ ਪਰ ਉਹਨਾਂ ਨੂੰ ਸਾਰੀ ਸੰਭਾਲਿਆ ਕੀ ਕੁਝ ਵਾਪਰਿਆ ਕਿਸ ਢੰਗ ਦੇ ਨਾਲ ਵੰਡ ਹੋਈ ਜੋ ਕਤਲੋਗਾਰਤ ਹੋਈ ਉਸ ਦੇ ਚਸ਼ਮਦੀਦ ਗਵਾਹ ਨੇ ਤੇ ਦੋਸਤੋ ਇੱਥੇ ਹੀ ਚਾਉਂਦੇ ਆ ਜਯਾਜਿਤ ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਬੱਚੀ ਵਣ ਤੋਂ ਬਲਦੇਵ ਸਿੰਘ ਕੰਬੋ ਮੈਂ ਤੁਹਾਡਾ ਸਾਥੀ ਤਰਵਿੰਦਰ ਸਿੰਘ ਔਲਖ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਬਜ਼ੁਰਗ ਦੇ ਨਾਲ ਕਿਸੇ ਹੋਰ ਹਸਤੀ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਉਦੋਂ ਤੱਕ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ